8 ਫੁੱਟ 95,000 ਦਾ। ਹਾਂ ਦੇਖ ਕੇ ਵੀ ਹੈਰਾਨ ਤੇ ਰੇਟ ਸੁਣ ਕੇ ਵੀ ਹੈਰਾਨ ਹੋ ਜਾਓਗੇ। 93,000 ਦਾ 93,000 ਦਾ ਨਾ ਮਲਟੀ ਸਪੀਡ ਹੈ, ਪੂਰਾ ਹੈਵੀ ਡਿਊਟੀ ਹੈ ਜੀ ਇਹ, ਤੁਸੀਂ ਦੇਖ ਸਕਦੇ ਹੋ। ਇਸ ਮਹੀਨੇ ਮਹੀਨੇ ਦੀ ਹੈ, ਅਗਲੇ 10 ਦਿਨਾਂ ਤੱਕ ਹੀ ਰੇਟ ਹੈ, ਇਹ ਨਹੀਂ ਹੈ ਵੀ 6 ਮਹੀਨੇ ਬਾਅਦ ਆਹ ਰੇਟ ਹੋਊਗਾ। 1,18,000 'ਚ 10 ਫੁੱਟ ਰੋਟਾਵੇਟਰ ਲੈ ਜਾਓ ਜੀ, ਅਤੇ ਰੋਟਾਵੇਟਰ ਦਿਖਾਵਾਂਗੇ ਅਤੇ 10-11 ਫੁੱਟ ਤੱਕ ਵੀ ਤੁਸੀਂ ਲੈ ਸਕਦੇ ਹੋ ਰੋਟਾਵੇਟਰ। 7 ਫੁੱਟ 54 ਬਲੇਟ 8 ਫੁੱਟ ਦਿਖਾਵਾਂਗੇ ਤੇ ਦੇਖ ਕੇ ਵੀ ਹੈਰਾਨ ਤੇ ਰੇਟ ਸੁਣ ਕੇ ਵੀ ਹੈਰਾਨ ਹੋ ਜਾਓਗੇ ਵੀ ਬਾਲੇ ਸਸਤੇ ਰੇਟਾਂ 'ਚ ਤੁਹਾਨੂੰ ਅੱਜ ਰੋਟਾਵੇਟਰ ਦਵਾਉਣ ਲੱਗੇ ਹਾਂ ਆਪਾਂ। ਬਾਈ ਨਾਲ ਆਪਾਂ ਗੱਲ ਕਰਾਂਗੇ ਤੇ ਬਾਈ ਜੀ ਕਿਹੜੇ ਲੋਕੇਸ਼ਨ ਆਪਣੀ ਦੱਸਿਓ ਜੀ। ਇਹ ਆਪਣਾ ਭਾਜੀ ਜ਼ਿਲ੍ਹਾ ਸਰਸਾ, ਤਹਿਸੀਲ ਡੱਬਵਾਲੀ ਹੈ ਜੀ। ਅੱਛਾ ਜੀ। ਅਤੇ ਪਿੰਡ ਹੈਗਾ ਪੰਨੀ ਵਾਲਾ ਰੂਲਦੂ। ਠੀਕ ਹੈ ਜੀ। 15 ਕਿਲੋਮੀਟਰ ਕਾਲਿਆਂ ਵਾਲੀ ਤੋਂ ਪੈਂਦਾ ਅਤੇ 15 ਹੀ ਡੱਬਵਾਲੀ ਤੋਂ ਪੈਂਦਾ। ਠੀਕ ਹੈ ਜੀ। ਲਾਈਫ ਲੈਂਡ ਐਗਰੋ। ਹਾਂਜੀ, ਲਾਈਫ ਲੈਂਡ ਐਗਰੋ ਇੰਡਸਟਰੀ। ਠੀਕ ਹੈ ਜੀ। ਹਾਂਜੀ। ਅਤੇ ਆਪਾਂ ਅੰਦਰ ਚੱਲ ਕੇ ਦਿਖਾਈਏ ਜੀ ਫਿਰ ਵੀ ਕੀ ਕੀ ਆਪਾਂ ਜਿਹੜੇ ਰੋਟਾਵੇਟਰ ਹੈ ਵੀ ਕਹਿੰਦੇ ਵੀ ਰੇਟ ਰੂਟ ਤੁਸੀਂ ਜਮਾ ਸਿਰੇ ਲਾ ਰੱਖਿਆ ਹੈਗਾ। ਹਾਂਜੀ ਹਾਂਜੀ ਭਾਜੀ। ਹੈਂ ਕਿਸਾਨਾਂ ਨੂੰ ਕਹਿੰਦੇ ਸਬਸਿਡੀਆਂ ਰੇਟਾਂ 'ਚ ਦੇਈ ਜਾਂਦੇ ਹੋ। ਹੈਂ ਇਹ ਦੇਖੋ ਜੀ ਇਹ ਕਿੰਨੇ ਕਿੰਨੇ ਫੁੱਟ ਵਾਲੇ ਆ ਜੀ। ਆਹ 7 ਫੁੱਟ ਆ ਗਿਆ ਜੀ। ਇਹ 7 ਫੁੱਟ ਵਾਲਾ ਹੈਗਾ। ਹਾਂਜੀ ਠੀਕ ਹੈ ਜੀ। ਇਹ ਆਪਣਾ 7 ਫੁੱਟ ਆ ਜੀ। ਹੂੰ। ਅਤੇ ਮਲਟੀ ਸਪੀਡ 13-23 ਦਾ ਬਹੁਤ ਬੈਸਟ ਕੁਆਲਿਟੀ ਦਾ ਗੇਅਰ ਹੈ। ਹਾਂਜੀ ਹਾਂਜੀ। ਹਾਂ ਤੇ ਇਹਦੇ ਵਿੱਚ ਬਲੇਡ ਜਿਹੜੇ ਉਹ ਕਿੰਨੇ ਦਿੰਦੇ ਆ ਬਲੇਡ ਤੁਸੀਂ? ਇਹਦੇ 54 ਬਲੇਡ ਹੈ ਜੀ 7 ਫੁੱਟ 'ਚ। 54 ਬਲੇਡ? ਹਾਂਜੀ ਠੀਕ ਹੈ। 54 ਬਲੇਡ ਹੈ, ਸਟੀਲ ਬੋਰਨ ਦਾ ਬਲੇਡ ਹੈ ਜੀ। ਬੋਰਨ ਸਟੀਲ ਦਾ ਬਲੇਡ ਦਿੱਤਾ ਗਿਆ ਹੈਗਾ। ਹਾਂਜੀ ਸਟੀਲ ਬੋਰਨ ਦਾ ਬਲੇਡ ਦਿੱਤਾ ਗਿਆ। ਹੈਵੀ ਡਿਊਟੀ ਹੈ, ਪੂਰਾ ਹੈਵੀ ਡਿਊਟੀ ਹੈ। ਹਾਂ ਇਹਦਾ ਮੈਂ ਮਲਟੀ ਸਪੀਡ ਹੈ, ਪੂਰਾ ਹੈਵੀ ਡਿਊਟੀ ਹੈ ਜੀ ਇਹ, ਤੁਸੀਂ ਦੇਖ ਸਕਦੇ ਹੋ 7 ਫੁੱਟ ਆ। ਤੇ ਆ ਇਹਦੀ ਜੇ ਆਪਾਂ ਗੱਲ ਕਰੀਏ ਜੀ, ਇਹ 9 ਫੁੱਟ ਹੈ ਜੀ। ਇਹ 9 ਫੁੱਟ ਹੈਗਾ। ਹਾਂ ਉਧਰ ਤਿਆਰ ਪਿਆ ਜੀ ਆਪਣਾ 9 ਫੁੱਟ। ਚਲੋ ਆਪਾਂ ਕਿਹੜਾ ਤਿਆਰ ਵਾਲਾ ਵੀ ਦਿਖਾ ਦਿਆਂਗੇ, ਬਿਨਾ ਤਿਆਰ ਵਾਲਾ ਵੀ ਦਿਖਾ ਦਈਏ। ਇਹ ਦੇਖੋ ਜੀ ਡਬਲ ਡਿਸਕ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ। 2 ਡਿਸਕਾਂ ਲਾ ਕੇ ਦੇਵਾਂਗੇ। ਠੀਕ ਹੈ। ਤੇ ਪੂਰਾ ਹੈਵੀ ਡਿਊਟੀ ਹੈ ਜੀ ਇਹਦੇ 'ਚ। ਵੇਟ ਹੈਗਾ 8 ਫੁੱਟ ਦਾ ਆਪਣੇ ਦਾ ਵੇਟ ਹੈਗਾ 6 ਕੁਇੰਟਲ, ਪਲੱਸ ਹੀ ਨਿਕਲਦਾ 6 ਕੁਇੰਟਲ, 20 ਕਿਲੋ। ਠੀਕ ਹੈ। ਤੇ ਠੀਕ ਹੈ ਠੀਕ ਹੈ ਠੀਕ ਹੈ। ਤੇ ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਗੇਅਰ ਬਾਕਸ ਹੈ ਨਾ, ਬਹੁਤ ਜ਼ਿਆਦਾ ਹੈਵੀ ਅਤੇ ਬੜੀ ਵਧੀਆ ਕੰਪਨੀ ਦਾ ਗੇਅਰ ਬਾਕਸ ਇਹਦੇ ਵਿੱਚ ਯੂਜ਼ ਕੀਤਾ ਗਿਆ ਹੈਗਾ। ਠੀਕ ਹੈ ਜੀ। ਅਤੇ ਇਹਨਾਂ ਕੋਲੋਂ ਤੁਸੀਂ, ਤੁਹਾਨੂੰ ਮੈਂ ਦਿਖਾ ਦਿੰਦਾ ਅੱਗੇ ਵੀ 7 ਫੁੱਟ ਤੋਂ ਲੈ ਕੇ 10-11 ਫੁੱਟ ਤੱਕ ਵੀ ਤੁਸੀਂ ਲੈ ਸਕਦੇ ਹੋ ਰੋਟਾਵੇਟਰ। ਰੋਟਾਵੇਟਰ ਦੀ ਤੁਹਾਨੂੰ ਪਤਾ ਅੱਜ ਕੱਲ੍ਹ ਮੰਗ ਬਹੁਤ ਰਹਿੰਦੀ ਹੈ ਜੀ। ਠੀਕ ਹੈ। ਇਹ ਬਲੇਡ ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਸ਼ਾਨਦਾਰ। ਅਤੇ ਬਾਕੀ ਮੈਂ ਉੱਧਰ ਜਿਹੜਾ ਸਟਾਕ ਪਿਆ ਹੈਗਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਹੈਗਾ। ਆਹ ਤਾਂ ਮੈਨੂੰ ਲੱਗਦਾ ਵੀ ਜਮਾਂ ਸਿਰੇ ਲਾ ਰੱਖਿਆ ਹੈਗਾ। ਇਹ ਕਿੰਨੇ ਫੁੱਟ ਹੈਗਾ? ਇਹ 10 ਫੁੱਟ ਹੈ ਜੀ ਆਪਣਾ। ਇਹ 10 ਫੁੱਟ ਹੈਗਾ। ਹਾਂਜੀ ਇਹ 10 ਫੁੱਟ ਆ ਗਿਆ ਆਪਣਾ ਜੀ। ਇਹਦੇ 'ਚ ਵੇਟ ਹੈਗਾ ਜੀ, ਮੰਨ ਕੇ ਚਲੋ 6 ਕੁਇੰਟਲ 90 ਕਿਲੋ ਵੇਟ ਆ ਜੀ। 7 ਕੁਇੰਟਲ ਦੇ ਨੇੜੇ ਹੋ ਗਿਆ। ਹਾਂਜੀ 10 ਫੁੱਟੇ 'ਚ। ਹਾਂਜੀ। ਤੇ ਇਹਦੇ 'ਚ 6 ਬਲੇਡ ਕਿੰਨੇ ਦਿੱਤੇ ਗਏ ਆ? ਇਹਦੇ 'ਚ ਬਲੇਡ ਦਿੱਤੇ ਆ ਜੀ ਆਪਾਂ 78 ਬਲੇਡ ਆ ਜੀ। 78 ਬਲੇਡ ਦਿੱਤੇ ਗਏ? ਹਾਂਜੀ 10 ਫੁੱਟੇ 78 ਬਲੇਡ ਆ ਜੀ। ਠੀਕ ਹੈ ਠੀਕ। ਹਾਂਜੀ। ਤੇ ਇਹ ਜੀ ਪਾਊਡਰ ਕੋਟਿੰਗ ਸਾਰਿਆਂ ਤੇ? ਇੱਕ ਮੈਂ ਦੱਸ ਦਿੰਦਾ, ਜਿੰਨੇ ਵੀ ਸਾਰੇ ਵੀਡੀਓ ਦੇਖ ਰਹੇ ਸਾਰਿਆਂ ਤੇ ਪਾਊਡਰ ਕੋਟਿੰਗ ਹੋਈ ਵੀ? ਹਾਂਜੀ ਪਾਊਡਰ ਕੋਟਿੰਗ ਹੈ ਜੀ ਸਾਰਿਆਂ ਟੋਟਲ ਤੇ। ਟੋਟਲ ਜੀ। ਠੀਕ ਹੈ। ਪਾਊਡਰ ਕੋਟਿੰਗ ਦੇ ਵਿੱਚ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਮਗਰ ਸਪਰਿੰਗ ਦਿੱਤੇ ਗਏ ਆ, ਇਹਦੇ 6 ਸਪਰਿੰਗਾਂ ਦੇ ਵਿੱਚ ਇਹ। ਤੇ ਆਹ ਵਾਲਾ ਕਿੰਨੇ ਫੁੱਟ ਹੈ? 8 ਫੁੱਟ ਆ ਗਿਆ ਜੀ। 8 ਫੁੱਟ ਆ ਤੇ 8 ਫੁੱਟ ਆ ਇਹ ਨਾ ਆਪਣੇ ਮਲਟੀ ਸਪੀਡ ਹੈ ਜੀ। ਮਲਟੀ ਸਪੀਡ? ਹਾਂ 13-23 ਦਾ ਗੇਅਰ ਹੈ ਜੀ। 13-23 ਦਾ ਗੇਅਰ ਹੈ ਮਲਟੀ ਸਪੀਡ? ਠੀਕ ਹੈ ਜੀ। ਪਾਊਡਰ ਕਾਉਂਟ ਆ ਗਿਆ ਇਹਦੇ 'ਚ ਆਪਣੇ ਆਉਂਦੇ ਆ ਜੀ 8 ਫੁੱਟ ਦੇ ਵਿੱਚ 60 ਬਲੇਡ ਆਉਂਦੇ। 60 ਬਲੇਡ? ਹਾਂਜੀ ਠੀਕ ਹੈ। 8 ਫੁੱਟੇ 'ਚ 60 ਬਲੇਡ ਆਉਣਗੇ। 60 ਬਲੇਡ ਆਉਣਗੇ ਜੀ। 4 ਸਪਰਿੰਗ ਲਾ ਕੇ ਦੇਣਗੇ। 4 ਸਪਰਿੰਗ ਡਿਸਕ ਦੇਣਗੇ। ਡਬਲ ਡਿਸਕ? ਹਾਂਜੀ ਡਬਲ ਡਿਸਕ 4 ਸਪਰਿੰਗ ਤੁਹਾਨੂੰ ਲਾ ਕੇ ਦੇਣਗੇ ਜੀ। ਤੇ ਬਾਕੀ ਇਹ ਵੀ 8 ਫੁੱਟ ਹੀ ਹੈ? ਇਹ ਵੀ 8 ਹੀ। ਇਹ ਸਾਰਾ ਮਾਲ 8 ਫੁੱਟੇ ਦਾ ਹੀ ਹੈ। ਖੜ ਜਾਓ ਆਪਾਂ 8 ਫੁੱਟ ਦਿਖਾ ਦਈਏ। ਇੱਧਰ ਆਹ ਦੇਖ ਲਈਏ ਜੀ, ਆਹ ਵੀ 8 ਫੁੱਟ ਹੀ ਹੈ, ਆਹ ਤਿਆਰ ਹੋਇਆ ਵੇ। ਹਾਂਜੀ ਜਿੰਨੀ ਫਿਟਿੰਗ ਹੈ, ਆਊਟਰ ਫਿਟਿੰਗ ਹੈ ਪੇਂਟ ਤੋਂ ਬਾਅਦ? ਹਾਂਜੀ ਆਊਟਰ ਫਿਟਿੰਗ ਕੀਤੀ ਹੋਈ ਹੈ। ਠੀਕ ਹੈ। ਮੈਗ ਵੈਲਡਿੰਗ ਹੈ ਜੀ। ਠੀਕ ਹੈ। ਮੰਨ ਲਓ ਵੀ ਸਿਰਾ ਕੰਮ ਹੈ ਸਾਰਾ? ਸਿਰਾ ਜੀ, ਮੈਗ ਵੈਲਡਿੰਗ ਹੈ, ਆਊਟਰ ਫਿਟਿੰਗ ਹੈ ਸਾਰੀ। ਹੂੰ। ਕੋਈ ਕਿਸੇ ਤਰ੍ਹਾਂ ਦੀ 6 ਮਹੀਨਿਆਂ ਦੀ ਗਾਰੰਟੀ ਹੈ, 12 ਮਹੀਨਿਆਂ ਦੀ ਵਾਰੰਟੀ ਹੈ ਜੀ ਆਪਣੀ। ਠੀਕ ਹੈ। ਹਾਂਜੀ ਓਕੇ। ਜਿਹੜਾ ਇਹਦਾ ਰੇਟ ਹੈਗਾ 8 ਫੁੱਟੇ ਦਾ ਹੈਗਾ ਜੀ 98,000 ਰੁਪਿਆ। ਠੀਕ ਹੈ। ਤੇ 95,000 ਦਾ ਆਪਾਂ ਦਿੰਨੇ ਆ। 8 ਫੁੱਟ 95,000 ਦਾ? ਹਾਂ 98 ਰੇਟ ਹੈ ਜੀ। 98 ਰੇਟ ਹੈ। ਹਾਂਜੀ ਮੰਨ ਲਓ ਵੀ ਤੁਸੀਂ
ਵੀ ਕਹਿੰਦੇ ਵੀ ਆਹ ਜਿਹੜਾ ਮਹੀਨਾ ਹੈ ਇਹ ਰੇਟ ਇਸ ਮਹੀਨੇ ਮਹੀਨੇ ਦੀ ਹੈ, ਅਗਲੇ 10 ਦਿਨਾਂ ਤੱਕ ਹੀ ਰੇਟ ਹੈ, ਇਹ ਨਹੀਂ ਹੈ ਵੀ 6 ਮਹੀਨੇ ਬਾਅਦ ਆਹ ਰੇਟ ਹੋਊਗਾ, ਅਗਲੇ 10 ਦਿਨਾਂ ਦੇ ਰੇਟ ਮੈਂ ਤੁਹਾਨੂੰ 10 ਦਿਨਾਂ ਗੱਲ ਕਲੀਅਰ ਕਰ ਦਿੰਦਾ ਹੈਗਾ। ਹਾਂਜੀ ਹਾਂਜੀ, ਰੇਟ ਹੈਗਾ ਜੀ 1,18,000 ਰੁਪਈਆ। अच्छा 10 फुटे का 1,18,000 च 10 फुटा रोटावेटर ले जाओ जी, ते 95,000 च 8 फुटा ले जाओ। हाँ, 98 रेट है, 98 रेट है, 95 च जिहड़ा मान लो वीडियो नू वध तों वध शेयर करू, फुल शेयर कर दिओ वीडियो नू, 10 दिनां दा ही रेट है जी, 10 दिनां दा रेट है। हाँ जी ठीक है ठीक है, ते 7 फुटा किन्ने दा दोगे? 7 फुटा हैगा जी 93,000 93,000 ਦਾ 7 फुटा 7 फुटा 54 ब्लेड 54 ब्लेड। हाँ जी ठीक है, हैवी ड्यूटी पूरा फुल हैवी ड्यूटी, मिग वेल्डिंग मिलेगा सारे, पाउडर कोटिंग बिल्कुल बिल्कुल। ये देखो जी सारे रोटावेटर पे है, थोनू मैं दिखा देना है दोबारे। गारंटी 6 महीने की भाजी, फुल गारंटी अपनी, 12 महीने की अपनी वारंटी है, सबसिडी अप्रूव्ड है, ठीक है, पास है सबसिडी, ये तो पहले ही सबसिडी वाले रेट दे जाने हो, नहीं जे सरकार वालों आउंदी भी है ना, मान लो फिर तुसी रोटावेटर खरीद सकते हो, ठीक है, कोई माड़ा मोटा लांबा होया तां भरावा मैनू दे लियो। बाकी एक गल हो रही जी, इतों का रेट अपना यह रेट है, जो जे किसी ने इतों 500 किलोमीटर ले जाना है, 20 किलोमीटर ले जाना है, 100 किलोमीटर ले जाना है, किराया इतों अपने फैक्ट्री चो अगले का, अगले का। हाँ जी वो तो बिहारी गल है, बिहारी गल तो लगेगा जी। बाकी जे किसी भी भरा ने आना है, पिंड है पन्नी वाला रोलदू, जिला है सरसा, तहसील हैगी डबली अपनी, डबली तहसील। हाँ जी, डबली तो रोड़ी रोड, हाँ कालियाली रोड, रोड़ी वाला बिल्कुल 15 ही इधरों पैंदा किलोमीटर, 15 ही उधरों पैंदा विचाले है जी। चलो मैं आह इधर थोनू मैं होर माल दिखा देना जी, ये 9 फुटा है, ये 9 फुटा है, ठीक है, ये 9 फुटा किन्ने का दिने फिर? 1,08,000 ਦਾ, ਮੰਨ ਲਓ ਵੀ ਜਿਹੜਾ ਦੇਣ ਵਾਲਾ ਰੇਟ ਹੈ, ਦੇਣ ਵਾਲਾ ਰੇਟ ਹੈ 1,08,000 ਰੁਪਏ ਦਾ ਤੁਹਾਨੂੰ ਰੋਟਾਵੇਟਰ ਮਿਲ ਜੂਗਾ 9 ਫੁੱਟਾ ਜੀ। ਸਾਰੇ 7 ਤੋਂ ਲੈ ਕੇ 8, 9, 10 ਫੁੱਟ ਤੱਕ, 11 ਫੁੱਟ, 10 ਤੇ 11 ਫੁੱਟ ਆਏ ਹਾਂ ਜੀ, ਆਪਣਾ ਡਿਮਾਂਡ ਤੇ ਤਿਆਰ ਕਰਵਾ ਕੇ ਦਿੰਦੇ, ਕਿਉਂਕਿ ਲੋਡ ਹੈ ਤਾਂ, ਲਾਗਤ ਹੈ ਨਹੀਂ ਜੀ, ਟਰੈਕਟਰ ਵੱਡੇ ਨਹੀਂ ਹੈ, 8 ਫੁੱਟਾ ਹੀ ਚੱਲਦਾ ਜ਼ਿਆਦਾ। ਹਾਂ ਜੀ ਜ਼ਿਆਦਾ 8 ਫੁੱਟਾ ਹੀ ਚੱਲਦਾ, ਵੱਡੇ ਘਰ ਹੈ ਜਿਹੜੇ ਖੁੱਲੇ ਜ਼ਮੀਨਾਂ ਵਾਲੇ ਆ, ਉਹਨਾਂ ਕੋਲ 4x4 ਟਰੈਕਟਰ ਹੈ, ਉਹਨਾਂ ਦੇ ਫਿਰ 10 ਫੁੱਟਾ ਚੱਲਦਾ ਹੈ, ਸਾਈ ਤੇ ਤਿਆਰ ਕਰਵਾਉਂਦੇ, ਸਾਈ ਤੇ ਤਿਆਰ ਕਰਵਾਉਂਦੇ, 10 ਦਿਨਾਂ ਦਾ ਟਾਈਮ ਹੈ ਜੀ, ਬਿਲਕੁਲ ਉਹ ਚੀਜ਼ ਦਾ। ਬਾਕੀ ਆਪਣੇ ਹਰ ਇੱਕ ਪੱਖੋਂ ਇਹਦੇ 'ਚ ਮਿਲਣਗੇ ਆਪਾਂ ਨੂੰ 72 ਬਲੇਡ ਜੀ, 72 ਬਲੇਡ। ਹਾਂ ਜੀ ਠੀਕ ਹੈ ਠੀਕ, ਅਤੇ ਬਾਕੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਬਾਕੀ ਨੰਬਰ ਆਪਣਾ ਉਸ ਹੈ ਜੀ ਬਾਈ ਹੋਰਾਂ ਦਾ ਨੰਬਰ, ਜਿਹੜਾ ਇਸ 'ਤੇ ਤੁਸੀਂ ਕਾਲ ਕਰ ਸਕਦੇ ਹੋ, ਇਹਦੇ ਨੰਬਰ ਹੈ, ਸਕਰੀਨ 'ਤੇ ਵੀ ਲਾ ਦੂੰਗਾ ਮੈਂ, ਨੰਬਰ ਹੋਰ ਪਾਉਣੇ ਦੱਸ ਦਿਓ ਜੀ। ਇੱਕ ਹੈਗਾ ਜੀ ਆਪਣਾ 82-957-5352 ਜੀ, 82-957-5352 'ਤੇ ਵੀ ਕਾਲ ਕਰ ਸਕਦੇ ਹੋ, ਠੀਕ ਹੈ। ਇੱਕ ਨੰਬਰ ਸਾਡਾ ਹੋਰ ਹੈ, ਉਹ ਪਾ ਦਿੰਦੇ ਹਾਂ, ਠੀਕ ਹੈ ਜੀ, ਉਹ ਅਸੀਂ ਸਕਰੀਨ 'ਤੇ ਲਾ ਦਿਓ, ਸਕਰੀਨ 'ਤੇ ਲਾ ਦਿਓ, ਬਿਲਕੁਲ ਬਿਲਕੁਲ, ਨੰਬਰ ਸਕਰੀਨ 'ਤੇ ਲਾ ਦਿਓ, ਬਿਲਕੁਲ ਜੀ ਠੀਕ ਹੈ ਜੀ, ਠੀਕ ਹੈ ਜੀ, ਉੱਥੋਂ ਵੀ ਸਿੱਧਾ ਕਾਲ ਕਰ ਲੈਣਗੇ। ਇੱਕ ਸਾਡਾ 68,000 ਵਾਲਾ ਨੰਬਰ, ਹਾਂਜੀ ਹਾਂਜੀ, ਉਹ ਤਾਂ ਮੈਂ ਦਿਖਾਤਾ ਸੀ, ਆਹ ਨੰਬਰ 'ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜਦੋਂ। ਅਤੇ ਬਾਕੀ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੀ ਸਾਨੂੰ ਜ਼ਰੂਰ ਦੱਸਿਓ। ਡਬਲ ਡਿਸਕ ਹੈ ਜੀ, ਨਹੀਂ ਮਟੀਰੀਅਲ ਤਾਂ ਦੇਖੋ ਜੀ ਇੱਕ ਨੰਬਰ ਹੈ, ਐਵੇਂ ਹਾਂ ਆਪਾਂ ਪੂਰਾ ਸਿਰੇ ਦਾ ਕੰਮ ਹੈ। ਗੇਅਰ ਇਹ ਜਿਹੜਾ ਆਪਣਾ ਗੇਅਰ ਆ ਜਾਂਦਾ ਨਾ ਜੀ, ਇਹ ਮਲਟੀ ਸਪੀਡ ਤੇ ਰਕਾਉਂਟ ਹੈ ਜੀ, ਠੀਕ ਹੈ ਜੀ, ਬਿਲਕੁਲ ਬਿਲਕੁਲ। ਹਾਂਜੀ ਪਾਊਡਰ ਕੋਟਿੰਗ ਦੇ ਵਿੱਚ ਇਹ ਆਉਂਦਾ ਜੀ। ਹਾਂਜੀ ਤੇ ਬਾਕੀ ਠੀਕ ਹੈ ਬਾਈ, ਥੈਂਕ ਯੂ ਜੀ। 4 ਸਪਰਿੰਗ ਇਹਦੇ ਆ ਜੀ, ਉਹਦਾ 6 ਸਪਰਿੰਗ ਉਹਦੇ ਆ ਜੀ, ਬਿਲਕੁਲ, ਤੇ ਬਹੁਤ ਸ਼ਾਨਦਾਰ ਜੀ। ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ, ਤੇ ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ, ਥੈਂਕ ਯੂ ਜੀ।